ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਤੇ ਹਮਲਾ ਸੁਰੱਖਿਆ ਚ ਸੰਡ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਲਾਗੂ ਹੋਣਗੇ ਹੁਣ ਕੇਂਦਰੀ ਨਿਜਮ ਕੇਂਦਰ ਸਰਕਾਰ ਨੇ ਪੰਜਾਬ ਨੂੰ ਝਟਕੇ ਤੋਂ ਬਾਅਦ ਦਿੱਤਾ ਇੱਕ ਹੋਰ ਕਰਾਰਾ ਝਟਕਾ ਅਕਾਲੀ ਭਾਜਪਾ ਸਰਕਾਰ ਸਮੇਂ ਬੇਕਸੂਰਾਂ ਤੇ ਦਰਦ ਹੋਏ ਕੇਸਾਂ ਦੇ ਤੱਥ ਆਏ ਸਾਹਮਣੇ ਐਸਐਚਓ ਫੂਲ ਅਤੇ ਸਾਬਕਾ ਪ੍ਰਧਾਨ ਮਾਮਲੇ ਵਿੱਚ ਆਇਆ ਇੱਕ ਨਵਾਂ ਮੋੜ ਅਤੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੋਸਤੋ ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਦੂਸਰੀ ਬੇਨਤੀ ਆਪਣਾ ਫੇਸਬੁੱਕ ਪੇਜ ਹੈ ਟੀਬੀਐਨ ਕੈਨੇਡਾ ਜੇਕਰ ਫੇਸਬੁੱਕ ਦੀ ਵਰਤੋਂ ਕਰਦੇ ਹੋ ਤਾਂ ਕਿਰਪਾ ਕਰਕੇ ਉਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਆਖੀ ਜਾ ਸਕਦੀ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਰਤੇਸ਼ ਕੁਮਾਰ ਤੇ ਉਹਨਾਂ ਦੇ ਆਪਣੇ ਗ੍ਰਹਿ ਖੇਤਰ ਪਟਨਾ ਸਾਹਿਬ ਦੇ ਬਖਤਿਆਰਪੁਰ ਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਵਿੱਚ ਸਨ ਲੱਗੀ ਹੈ। ਉਹਨਾਂ ਦੇ ਉੱਤੇ ਇੱਕ ਨੌਜਵਾਨ ਨੇ ਹਮਲਾ ਕੀਤਾ ਹੈ। ਨੌਜਵਾਨ ਨੇ ਨਤੀਸ਼ ਕੁਮਾਰ ਤੇ ਉਸ ਵਕਤ ਹਮਲਾ ਕੀਤਾ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਸ਼ੀਲ ਭੱਦਰ ਦੀ ਮੂਰਤੀ ਦੇ ਉੱਤੇ ਹਾਰ ਪਾ ਰਹੇ ਸੀ। ਇਸੇ ਦੌਰਾਨ ਇੱਕ ਨੌਜਵਾਨ ਆਇਆ। ਉਹਨਾਂ ਦੇ ਸੁਰੱਖਿਆ ਮੁਲਾਜ਼ਮਾਂ ਦੇ ਵਿੱਚੋਂ ਦੀ ਅੱਗੇ ਲੰਘਦਾ ਹੋਇਆ ਸਟੇਜ ਤੇ ਜਾ ਚੜਿਆ। ਮੁੱਖ ਮੰਤਰੀ ਦੇ ਪਿੱਛੇ ਜਾ ਕੇ ਜਦੋਂ ਤੱਕ ਸੁਰੱਖਿਆ ਕਰਮਚਾਰੀ ਨੂੰ ਉਹਦੇ ਬਾਰੇ ਕੁਝ ਪਤਾ ਲੱਗਦਾ ਕੁਝ ਸੋਚਦੇ ਕਿ ਨੌਜਵਾਨ ਉੱਪਰ ਨੂੰ ਕਿਉਂ ਜਾ ਰਿਹਾ ਹੈ। ਉਦੋਂ ਤੱਕ ਉਹ ਮੁੱਖ ਮੰਤਰੀ ਦੇ ਘਸੁੰਨ ਮੁੱਕਾ ਮਾਰ ਚੁੱਕਾ ਸੀ। ਇਹ ਘਟਨਾ ਵਾਪਰਦਿਆਂ ਹੀ ਤੁਰੰਤ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆਏ ਉਹਨਾਂ ਦੇ ਹੋਸ਼ ਉੜ ਗਏ। ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਘਟਨਾ ਤੋਂ ਬਾਅਦ ਆ ਜਿਹੜੀ ਸੁਰੱਖਿਆ ਦੇ ਵਿੱਚ ਸੰਨ ਲੱਗ ਗਈ ਇਹਦਾ ਜਵਾਬ ਕਿਹਨੂੰ ਉਹ ਕੀ ਦੇਣ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਸੁਰੱਖਿਆ ਦੇ ਵਿੱਚ ਜਿਹੜੀ ਇੱਕ ਕੁਤਾਹੀ ਹੋਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਜਾਣਨ ਦੇ ਵਾਸਤੇ ਪਟਨਾ ਸਾਹਿਬ ਦੇ ਐਸਪੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਐਸਐਸਪੀ ਮਾਨਵਜੀਤ ਸਿੰਘ ਢਿੱਲੋਂ ਨਾਲ ਵੀ ਅਤੇ ਬਿਹਾਰ ਦੇ ਏਡੀਜੀਪੀ ਨਾਲ ਵੀ ਤਾਂ ਕਿ ਪਤਾ ਤਾਂ ਲੱਗ ਸਕੇ ਕਿ ਦਰਅਸਲ ਕਾਰਨ ਕੀ ਹੋਇਆ ਸੰਪਰਕ ਕਰਨ ਤੇ ਐਸਪੀ ਦਾ ਨੰਬਰ ਬੰਦ ਆ ਰਿਹਾ ਸੀ ਐਸਐਸਪੀ ਅਤੇ ਬਾਕੀ ਪੁਲਿਸ ਅਧਿਕਾਰੀਆਂ ਨੇ ਫੋਨ ਕੋਈ ਚੁੱਕਿਆ ਨਹੀਂ ਕੁੱਲ ਮਿਲਾ ਕੇ ਆਖਿਆ ਜਾ ਸਕਦਾ ਹੈ ਇਸ ਵਾਪਰੀ ਘਟਨਾ ਨੇ ਪੁਲਿਸ ਦੀ ਪੁਲਿਸ ਪ੍ਰਸ਼ਾਸਨ ਦੀ ਬੋਲਤੀ ਬੰਦ ਕਰ ਦਿੱਤੀ ਹੈ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਨਰਤੀਸ਼ ਕੁਮਾਰ ਤੇ ਹਮਲਾ ਕਰਨ ਵਾਲਾ ਨੌਜਵਾਨ ਕਿਸੇ ਜੁਐਲਰੀ ਸਟੋਰ ਤੇ ਕੰਮ ਕਰਦਾ ਹੈ ਅਤੇ ਉਸ ਨੌਜਵਾਨ ਦਾ ਨਾਮ ਸ਼ੰਕਰ ਉਰਫ ਛੋਟੂ ਦੱਸਿਆ ਜਾ ਰਿਹਾ ਹੈ ਹੁਣ ਇੱਕ ਇਸ ਮਸਲੇ ਦੇ ਉੱਤੇ ਜੇਕਰ ਆਪਾਂ ਗੱਲਬਾਤ ਕਰਨੀ ਹੋਵੇ ਤੇ ਟਿੱਪਣੀ ਕਰਨੀ ਹੋਵੇ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਕ ਆਪਣਾ ਅਮਰਿੰਦਰ ਸਿੰਘ ਨੂੰ ਧੱਕਾ ਮਾਰ ਦਿੰਦਾ ਕੋਈ ਮੁੱਕੀ ਮਾਰ ਦਿੰਦਾ ਕੀ ਮਿਲਣਾ ਹੈ ਬਾਦ ਦੇ ਵਿੱਚ ਸਜ਼ਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਨੇ ਕੀ ਮਿਲਣਾ ਜਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਕੀ ਮਿਲਣਾ ਜਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਸਲ ਦੇ ਵਿੱਚ ਜਨਤਾ ਦੇ ਕੋਲੇ ਵੋਟ ਦੀ ਝੋਟ ਹੈ ਆ ਥੱਪੜ ਨਾਲੋਂ ਚਪੇੜ ਨਾਲੋਂ ਕਿਸਨ ਮੁੱਕੀ ਨਾਲੋਂ ਉਹ ਜਿਹੜੀ ਚਪੇੜ ਕਰਾਰੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਮਾਰੀ ਹੈ ਸੋ ਇਸ ਕਰਕੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੁਣ ਕੋਟ ਕਚਹਿਰੀਆਂ 'ਚ ਇਹ ਨਹੀਂ ਪਤਾ ਉਹਨੇ ਤਾਂ ਇੱਕ ਘਸੌਨ ਮਾਰਿਆ ਤੇ ਅੰਦਰ ਪੁਲਿਸ ਵਾਲਿਆਂ ਨੇ ਲਿਜਾ ਕੇ ਉਹਦਾ ਹਾਲ ਕੀ ਕੀਤਾ ਹੋਵੇ ਉਹਦਾ ਹੁਲੀਆ ਵਿਗਾੜ ਦਿੱਤਾ ਹੋਵੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਨਤਾ ਨੂੰ ਆਪਣੇ ਜਜ਼ਬਾਤਾਂ ਤੇ ਕਾਬੂ ਰੱਖਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਸਰਕਾਰ ਸਮੇਂ ਦੀ ਕਰ ਨਹੀਂ ਰਹੀ ਉਹ ਆਪਣੀ ਮਰਜ਼ੀ ਨਾਲ ਹਕੂਮਤ ਚਲਾ ਰਹੇ ਨੇ ਤਾਂ ਤੁਹਾਡੇ ਕੋਲੇ ਵੋਟ ਦੀ ਚੋਟਾ ਹੈ ਉਹ ਕਰਾਰੇ ਤਰੀਕੇ ਨਾਲ ਕਰਿਆ ਕਰੋ ਜਿਵੇਂ ਪੰਜਾਬ ਦੇ ਲੋਕਾਂ ਨੇ ਕੀਤੀ ਹੈ ਤੇ ਹੁਣ ਆ ਸੱਚਮੁੱਚ ਪੰਜਾਬ ਵਾਸਤੇ ਬਹੁਤ ਵੱਡੀ ਖਬਰ ਹੈ ਬੀਤੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹ ਮਸਲਾ ਗਰਮਾਇਆ ਹੋਇਆ ਹੈ ਇਹਦੇ ਤੋਂ ਇਲਾਵਾ ਕਈ ਹੋਰ ਮਾਮਲੇ ਨੇ ਆ ਹੁਣ ਉਸੇ ਤਰ੍ਹਾਂ ਦਾ ਇੱਕ ਹੋਰ ਵੱਡਾ ਮਾਮਲਾ ਹੈ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀਆ ਚੰਡੀਗੜ੍ਹ ਨਾਲੋਂ ਕੇਂਦਰ ਸ਼ਾਸਤ ਪ੍ਰਦੇਸ਼ ਵੀ ਹੈ ਤੇ ਕੱਲ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੇ ਦੌਰੇ ਤੇ ਸੀ ਚੰਡੀਗੜ੍ਹ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਸੇਵਾ ਸ਼ਰਤਾਂ ਨੇ ਉਹਨਾਂ ਦੇ ਉੱਤੇ ਹੁਣ ਕੇਂਦਰੀ ਸਿਵਲ ਸੇਵਾਵਾ ਨਿਜਮ ਲਾਗੂ ਹੋਣਗੇ ਇਹ ਐਲਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰ ਦਿੱਤਾ ਹੈ ਮੈਂ ਇੱਥੇ ਤੁਹਾਨੂੰ ਦੱਸਦਿਆਂ ਕਿ ਹੁਣ ਤੱਕ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਸਿਵਲ ਜਿਹੜੇ ਸੇਵਾਵਾ ਦੇ ਨਿਜਮ ਸੀ ਉਹ ਪੰਜਾਬ ਵਾਲੇ ਲਾਗੂ ਹੋ ਰਹੇ ਸੀ ਤੇ ਇਸ ਬਾਰੇ ਅੱਜ ਨੋਟੀਫਿਕੇਸ਼ਨ ਜਾਰੀ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਹ ਜਿਹੜੇ ਨਵੇਂ ਨਿਜਮ ਹੋਣਗੇ ਇਹ ਨਵੇਂ ਵਿੱਤੀ ਬਰੇ ਭਾਵ 1 April ਤੋਂ ਲਾਗੂ ਕਰ ਦਿੱਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਦੇ ਬਲਾਸਮਾ ਅਤੇ ਕੇਂਦਰੀ ਸਿਵਲ ਸੇਵਾਵਾ ਨਿਯਮ ਲਾਗੂ ਹੋਣ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਸੇਵਾ ਮੁਕਤੀ ਦੀ ਉਮਰ ਵੀ ਹੁਣ 58 ਵਰਿਆਂ ਤੋਂ ਵੱਧ ਕੇ 60 ਬਰੇ ਹੋ ਜਾਊ। ਸਿੱਖਿਆ ਖੇਤਰ ਨਾਲ ਜੁੜੇ ਸਾਰੇ ਅਧਿਆਪਕਾਂ ਜਾਂ ਪ੍ਰੋਫੈਸਰਾਂ ਜਾਂ ਹੋਰ ਸਟਾਫ ਦੀ ਸੇਵਾ ਮੁਕਤੀ ਦੀ ਉਮਰ ਹੁਣ 65 ਵਰੇ ਹੋ ਜੂ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਖੇਤ ਨਾਲ ਜੁੜੇ ਮੁਲਾਜ਼ਮਾਂ ਨੂੰ ਬਾਲ ਸਿੱਖਿਆ ਪੱਤਾ ਦਿੱਤਾ ਜਾਏਗਾ ਇਹਦੇ ਤੋਂ ਇਲਾਵਾ ਮਹਿਲਾ ਮੁਲਾਜ਼ਮਾਂ ਨੂੰ 993 ਬੱਚੇ ਦੀ ਦੇਖਭਾਲ ਲਈ ਮਿਲਣ ਵਾਲੀ 1 ਸਾਲ ਦੀ ਛੁੱਟੀ ਵਧਾ ਕੇ 2 ਵਰੇ ਕਰ ਦਿੱਤੀ ਜਾਏਗੀ ਸ਼ਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮ ਬੀਤੇ ਲੰਬੇ ਸਮੇਂ ਤੋਂ ਕੇਂਦਰੀ ਸਿਵਲ ਸਿਵਾਵਾ ਨਿਯਮ ਚੰਡੀਗੜ੍ਹ ਵਿੱਚ ਲਾਗੂ ਕਰਨ ਦੀ ਮੰਗ ਕਰ ਰਹੇ ਸੀ ਭਾਵੇਂ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਪਸ਼ਟ ਹੋਣਾ ਹੈ ਪਰ ਇਸ ਫੈਸਲੇ ਦੀ ਚੁਫੇਰੀ ਉਹ ਨਿੱਦਾ ਹੋ ਰਹੀ ਹੈ ਹੁਣ ਜਿਹੜੀਆਂ ਗੱਲਾਂ ਦਾ ਉਹ ਦਾਵਾ ਕਰਕੇ ਗਏ ਨੇ ਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਮੁਲਾਜ਼ਮ ਇਸ ਗੱਲ ਦੀ ਮੰਗ ਕਰ ਰਹੇ ਸੀ ਹੁਣ ਇੱਕ ਗੱਲ ਮੰਗ ਦਾ ਪਤਾ ਕਿਵੇਂ ਲੱਗਦਾ ਹੈ ਜਾਂ ਤਾਂ ਕੋਈ ਚਿੱਠੀ ਪੱਤਰੀ ਰਾਹੀਂ ਸੰਪਰਕ ਕੀਤਾ ਜਾਂਦਾ ਤੇ ਉਹ ਪ੍ਰੈਸ ਵਿੱਚ ਉਹ ਵੀ ਆ ਜਾਂਦੀ ਹੈ ਦੂਸਰੀ ਗੱਲ ਇਹ ਵੀ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਾਂ ਵੇਖਦੇ ਹੁੰਨੇ ਆ ਕਿ ਕੋਈ ਮੁਲਾਜ਼ਮ ਧਰਨਾ ਮਾਰ ਕੇ ਬੈਠੇ ਨੇ ਇਸ ਤਰ੍ਹਾਂ ਦਾ ਕੋਈ ਧਰਨਾ ਇਸ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਇਸ ਤਰ੍ਹਾਂ ਦੀ ਕੁਛ ਟੀ ਪਹਿਲਾਂ ਤੱਕ ਦੇ ਜਨਤਕ ਨਹੀਂ ਹੋਈ ਪਰ ਸੱਚਮੁੱਚ ਇਸ ਫੈਸਲੇ ਦੀ ਚੁਫੇਰੀ ਉਹਨੇ ਦਤਾ ਕੀਤੀ ਜਾ ਰਹੀ ਹੈ ਹੋਰ ਨਾਲ ਦੇ ਨਾਲ ਲੜ ਕਾਂਗਰਸ ਤੇ ਆਗੂ ਸੁਖਪਾਲ ਖਹਿਰਾ ਹੋਰੀ ਬਾਜ਼ੀਮਾਰਗੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਜਪਾ ਦੇ ਇਸ ਫੈਸਲੇ ਦੀ ਨਿੰਦਿਆ ਕੀਤੀ ਹੈ ਉਹਨਾਂ ਨੇ ਆਖਿਆ ਕਿ ਭਾਜਪਾ ਦਾ ਇਹ ਤਾਨਾशाही ਫਰਮਾਨ ਹੈ ਜਿਹੜਾ ਇਹ ਫੈਡਰਲ ਢਾਂਚੇ ਦੇ ਬਿਲਕੁਲ ਉਲਟਾ ਹੈ ਉਹਨਾਂ ਆਖਿਆ ਕਿ ਚੰਡੀਗੜ੍ਹ ਤੇ 60% ਦਾ ਅਧਿਕਾਰ ਪੰਜਾਬ ਦਾ ਹੈ ਇਦੇ باوجود ਚੰਡੀਗੜ੍ਹ ਦੇ ਮੁਲਾਜ਼ਮਾਂ ਅਤੇ ਕੇਂਦਰੀ ਸਿਵਲ ਸੇਵਾਵਾਂ ਦਾ ਨਿਜਮ ਉਹਨਾਂ ਤੇ ਲਾਗੂ ਕਰਨਾ ਸਰਾਸਰ ਗਲਤ ਹੈ ਹੁਣ ਤੁਸੀਂ ਇਹ ਦੇਖੋ ਕਿ ਇੱਕ ਇੱਕ ਕਰਕੇ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਅੱਜ ਤੱਕ ਹੁੰਦਾ ਕੀ ਸੀ ਮੰਨ ਲਓ ਕਿ ਯੂਪੀ ਦੇ ਵਿੱਚੋਂ ਉੱਤਰਾਖੰਡ ਕੱਢਿਆ ਜਾਂ ਕਿਸੇ ਹੋਰ ਸੂਬੇ ਵਿੱਚੋਂ ਕੋਈ ਹੋਰ ਸੂਬਾ ਕੱਢਿਆ ਉਹਨੂੰ ਰਾਜਧਾਨੀ ਵੱਖਰੀ ਬਣਾ ਕੇ ਦਿੱਤੀ ਜਾਂਦੀ ਰਹੀ ਹੈ ਪੰਜਾਬ ਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਕੱਢੇ ਹਿਮਾਚਲ ਨੂੰ ਵੱਖਰੀ ਰਾਜਧਾਨੀ ਦਿੱਤੀ ਗਈ ਇਸੇ ਕਰਕੇ ਹਰਿਆਣਾ ਨੂੰ ਪਹਿਲੀ ਗੱਲ ਤਾਂ ਵੱਖਰੀ ਰਾਜਤਾਨੀ ਦਿੱਤੀ ਜਾਣੀ ਚਾਹੀਦੀ ਸੀ ਪਰ ਨਹੀਂ ਦਿੱਤੀ ਗਈ ਪਰ ਆ ਸੱਚਮੁੱਚ ਪੰਜਾਬ ਦੇ ਹੱਕਾਂ ਤੇ ਡਾਕਾ ਹੈ ਇਹ ਪੰਜਾਬ ਦਾ ਇੱਕ ਕਿਸਮ ਦਾ ਗਲ ਘੁੱਟਣ ਦੀਆਂ ਗੱਲਾਂ ਨੇ ਤੇ ਅਗਲੀ ਵੀ ਖਬਰ ਹੈ ਨਾ ਜਿਹੜੀ ਉਹ ਵੀ ਤਕਰੀਬਨ ਤਕਰੀਬਨ ਇਸੇ ਤਰ੍ਹਾਂ ਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਭਗਵੰਤ ਮਾਨ ਬੀਤੇ ਦਿਨੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨਮੋਦਰਦਾਸ ਮੋਦੀ ਕੋਲ ਗਈ ਸੀ ਮੁਲਾਕਾਤ ਕੀਤੀ ਸੀ 2 ਸਾਲਾਂ ਦੇ ਵਾਸਤੇ ਫੰਡ ਮੰਗੇ ਸੀ ਉਹ ਹਲੇ ਮੁੜ ਕੇ ਨਹੀਂ ਸੀ ਆਇਆ ਹੁੰਦਿਆਂ ਨੂੰ ਦਫ਼ਤਰ ਦੇ ਵਿੱਚ ਚਿੱਠੀ ਪਈ ਸੀ ਕਿ ਪ੍ਰੀਪੇਡ ਮੀਟਰ ਲਗਾ ਦਿਓ ਨਹੀਂ ਤਾਂ ਤੁਹਾਨੂੰ 3 ਮਹੀਨੇ ਦੀ ਮੋਹਲਤਾ ਉਹਦੇ ਤੋਂ ਬਾਅਦ ਜਿਹੜੀ ਅਸੀਂ ਮਦਦ ਮਦਦ ਕਰਦੇ ਹਾਂ ਉਹ ਵੀ ਬੰਦ ਕਰ ਦਿਆਂਗੇ ਉਹ ਹੋਰ ਮੰਗਣ ਗਏ ਸੀ ਤੇ ਪਹਿਲੀ ਮਦਦ ਇਮਦਾਦ ਬੰਦ ਕਰਨ ਦਾ ਅਲਟੀਮੇਟਮ ਸੀ ਤੇ ਉਹਦੇ ਤੋਂ ਬਾਅਦ ਆ ਹੁਣੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰੀ ਨਿਜਮ ਲਾਗੂ ਕਰਨ ਵਾਲਾ ਕਰਾਰਾ ਝਟਕਾ ਦੇ ਦਿੱਤਾ। ਇਹਦੇ ਤੋਂ ਬਾਅਦ ਇੱਕ ਹੋਰ ਕਰਾਰਾ ਝਟਕਾ ਦੇ ਦਿੱਤਾ। ਝਟਕਿਆਂ ਤੋਂ ਬਾਅਦ ਲਗਾਤਾਰ ਝਟਕੇ ਆ। ਕਿ ਪੰਜਾਬ ਨੂੰ ਕੋਲੇ ਦੀ ਜਿਹੜੀ ਢੁਕਵੀਂ ਸਪਲਾਈ ਦਿੱਤੀ ਜਾਂਦੀ ਸੀ ਇਹ ਨਹੀਂ ਮਿਲੂ ਹੁਣ ਉਹਦੇ ਤੋਂ ਪੱਲਾ ਛਾੜ ਦਿੱਤਾ। ਨਾਲ ਇਹ ਵੀ ਦੱਸ ਦਿੱਤਾ ਕਿ ਇਹਦੇ ਬਦਲ ਦੇ ਵਿੱਚ ਤੁਸੀਂ ਚਾਹਦੇ ਹੋ ਕੋਲਾ ਤਾਂ ਤੁਹਾਨੂੰ ਚਾਹੀਦਾ ਤੁਹਾਡੇ ਥਰਮਲ ਕੋਲੇ ਨਾਲ ਚੱਲਣੇ ਨੇ ਬਿਜਲੀ ਤੁਹਾਨੂੰ ਚਾਹੀਦੀ ਐ। ਵਿਦੇਸ਼ ਤੋਂ ਕੋਲਾ ਮੰਗਵਾ ਲਓ ਇਹ ਮਸ਼ਵਰਾ ਵੀ ਨਾਲ ਦੇ ਦਿੱਤਾ। ਕੇਂਦਰੀ ਬਿਜਲੀ ਮੰਤਰਾਲੇ ਨੇ ਪੰਜਾਬ ਸਮੇਤ ਸਾਰੇਆਂ ਸੂਬਾ ਸਰਕਾਰਾਂ ਨੂੰ 26 ਮਾਰਚ ਨੂੰ ਇੱਕ ਚਿੱਠੀ ਲਿਖੀ ਚਿੱਠੀ ਲਿਖ ਕੇ ਸਪਸ਼ਟ ਕਰ ਦਿੱਤਾ ਹੈ ਕਿ ਹਰ ਸੂਬੇ ਨੂੰ ਕੋਲੇ ਦੀ ਕਮੀ ਦੇ ਲਿਹਾਜ਼ ਨਾਲ ਹੁਣ ਕੋਲਾ ਨਹੀਂ ਦਿੱਤਾ ਜਾਣਾ ਸਗੋਂ ਅਨੁਪਾਤ ਦੇ ਮੁਤਾਬਕ ਸਪਲਾਈ ਦਿੱਤੀ ਜਾਊਗੀ ਇਹਦਾ ਮਤਲਬ ਇਹ ਹੈ ਕਿ ਕੋਲਾ ਖਤਮ ਹੋਣ ਤੇ ਕੇਂਦਰ ਤੋਂ ਇਹਦੀ ਵਾਧੂ ਸਪਲਾਈ ਨਹੀਂ ਮੰਗੀ ਜਾਏਗੀ ਜੇ ਮੰਗੀ ਜਾਊ ਤਾਂ ਮਿਲੂ ਨਹੀਂ ਤੇ ਪੰਜਾਬ ਨੂੰ ਵਿਦੇਸ਼ੀ ਕੋਲੇ ਦੀ ਸਪਲਾਈ ਤੇ ਨਿਰਭਰ ਹੋਣਾ ਪਵੇਗਾ ਇਹ ਕੇਂਦਰ ਸਰਕਾਰ ਨੇ ਪੰਜਾਬ ਨੂੰ ਚਿੱਠੀ ਲਿਖ ਦਿੱਤੀ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਤਾਬਿਜਲੀਕਰਾਂ ਕੋਲ ਕੋਲਾ ਭੰਡਾਰ ਤਕਰੀਬਨ ਤਕਰੀਬਨ ਮੁੱਕ ਚੁੱਕਿਆ ਹੈ ਜਦੋਂ ਕਿ ਪਬਲਿਕ ਸੈਕਟਰ ਦੇ ਲਹਿਰਾ ਮੁਹਬਤ ਅਤੇ ਰੋਪੜ ਤਾਬਿਜਲੀਕਰ ਕੋਲ ਵੀ ਤਕਰੀਬਨ 15-15 ਦਿਨ ਦਾ ਕੋਲਾ ਭੰਡਾਰ ਹੈ ਤਲਵੰਡੀ ਸਾਬੋ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਕੋਲ ਇਸ ਵੇਲੇ 1 ਦਿਨ ਤੋਂ ਘੱਟ ਦਾ ਕੋਲਾ ਦੱਸਿਆ ਜਾ ਰਿਹਾ ਹੈ ਇਸ ਸਥਿਤੀ ਦੇ ਵਿੱਚ ਇਹ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਸਕਦੇ ਹੈ ਜੇ ਬੰਦ ਹੁੰਦੇ ਆ ਤੇ ਪੰਜਾਬ ਦੇ ਵਿੱਚ ਹਨੇਰਾ ਛਾ ਜੂ ਪਾਵਰ ਕੌਮ ਦੇ ਵੱਲੋਂ ਝੋਨੇ ਦਾ ਵੀ ਸੀਜ਼ਨ ਆ ਰਿਹਾ ਹੈ ਹੁਣ ਝੋਨੇ ਦੇ ਸੀਜ਼ਨ ਲਈ ਅਗਾਊ ਕੋਲਾ ਭੰਡਾਰ ਉਹ ਵੀ ਕੀਤਾ ਜਾਣਾ ਹੈ ਪਬਲਿਕ ਖੇਤਰ ਦੇ ਤਾਂ ਬਿਜਲੀ ਘਰਾ ਦੇ ਉਹ ਕੰਮ ਆ ਰਿਹਾ ਜਿਹੜਾ ਭੰਡਾਰ ਕੀਤਾ ਹੋਇਆ ਸੀ ਕੇਂਦਰੀ ਬਿਜਲੀ ਐਕਸਚੇਂਜ ਦੇ ਵਿੱਚ ਬਿਜਲੀ ਦੇ ਪਾ 18 ਰੁਪਏ ਪ੍ਰਤੀ ਯੂਨਿਟ ਤੱਕ ਪੁੱਜ ਸਕਦੇ ਹੈ ਜੋ ਇਸ ਵਕਤ ਆ 11 ਰੁਪਏ ਯੂਨਿਟ ਨੇ ਅਤੇ ਪੰਜਾਬ ਦੇ ਸਾਰੇ 15 ਯੂਨਟਾਂ ਦੇ ਵਿੱਚੋਂ ਇਸ ਵਕਤ 12 ਯੂਨਿਟ ਚੱਲ ਰਹੇ ਨੇ ਅਤੇ ਰੋਪੜ ਦੇ 4 ਯੂਨਟਾਂ ਦੇ ਵਿੱਚੋਂ 3 ਲਹਿਰਾ ਮੁਹੱਬਤ ਦੇ ਸਾਰੇ ਯੂਨਟ ਚੱਲ ਰਹੇ ਨੇ ਰਾਜਪੁਰਾ ਥਰਮਲ ਦਾ 1 ਯੂਨਟ ਚੱਲ ਰਿਹਾ ਹੈ ਜਦੋਂ ਕਿ ਦੂਸਰਾ ਯੂਨਟ 26 ਮਾਰਚ ਤੋਂ 5 ਦਿਨਾਂ ਦੇ ਵਾਸਤੇ ਬੰਦ ਕੀਤਾ ਗਿਆ ਸੀ ਤਲਵੰਡੀ ਸਾਬੋ ਦੇ ਸਾਰੇ ਯੂਨਟ ਚੱਲ ਰਹੇ ਨੇ ਪਰ ਇਹ ਆਪਣੀ ਪੂਰੀ ਸਮਰੱਥਾ ਤੇ ਨਹੀਂ ਚੱਲ ਰਹੇ ਹੁਣ ਗਰਮੀ ਵਧ ਰਹੀ ਹੈ ਗਰਮੀ ਜਿਉਂ-ਜਿਉਂ ਵਧੂਗੀ ਬਿਜਲੀ ਦੀ ਮੰਗ ਵੀ ਵਧਣੀ ਹੈ ਲੋਕਾਂ ਨੂੰ ਬਿਜਲੀ ਚਾਹੀਦੀ ਹੈ ਬਿਜਲੀ ਸਪਲਾਈ ਦੇ ਵਿੱਚ ਕਟੌਤੀ ਹੋਈ ਤਾਂ ਲੋਕਾਂ 'ਚ ਗੁੱਸਾ ਵਧੂ ਤੇ ਗੁੱਸਾ ਵਧੂ ਪੰਜਾਬ ਸਰਕਾਰ ਦੇ ਖਿਲਾਫ ਵਧੂ ਤੇ ਕੇਂਦਰ ਚਾਹੁੰਦੀ ਵੀ ਹੋਈ ਹੈ ਹੁਣ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਜਿਹੜਾ ਪੱਤਰ ਜਾਰੀ ਕੀਤਾ ਗਿਆ ਉਹਦੇ 'ਚ ਲਿਖਿਆ ਗਿਆ ਕਿ ਹੁਣ ਅਸੀਂ ਜਿੰਨਾ ਕੋਨਪਾਤ ਹੋ ਉਹਨਾਂ 'ਕ ਦੇਵਾਂਗੇ ਹੁਣ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਦੇ ਦੇਸੀ ਕੋਲਾ ਸਪਲਾਈ ਤੋਂ ਪਾਸਾ ਵਟਣ ਤੋਂ ਬਾਅਦ ਪਾਵਰ ਕਮ ਨੂੰ ਵਿਦੇਸ਼ੀ ਕੋਲਾ ਖਰੀਦਣ ਤੇ ਰਾਹ ਤੇ ਜਾਣਾ ਪਊ ਵਦੇਸ਼ੀ ਕੋਲੇ ਦੀ ਵਰਤੋਂ ਕਰਨ ਕਰਕੇ ਬਿਜਲੀ ਦੀ ਪੈਦਾਵਾਰ ਮਹਿੰਗੀ ਹੋ। ਇਸ ਕਰਕੇ ਆਪ ਸਰਕਾਰ ਲਈ ਆ ਜਿਹੜਾ ਝੋਨੇ ਦਾ ਸੀਜ਼ਨ ਆਉਣ ਵਾਲਾ ਇੱਕ ਪਰਖ ਦਾ ਸੀਜ਼ਨ ਪਰਖ ਦੀ ਘੜੀ ਸਾਹਤ ਹੋ ਸਕਦਾ ਹੈ। ਪਤਾ ਲੱਗਿਆ ਕਿ ਆਪ ਸਰਕਾਰ ਦੇ ਅਧਿਕਾਰੀਆਂ ਨੇ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਕੁੱਲ ਮਿਲਾ ਕੇ ਇਹ ਆਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਆ ਲੋਕਾਂ ਨੇ ਬਦਲਾ ਲੀ ਲਿਆਂਦੀ ਹੈ। ਲੋਕ ਹਿੱਤਾਂ ਦੀਆਂ ਨੀਤੀਆਂ ਬੀਤੇ ਕੁਝ ਇੱਕ ਦਿਨਾਂ ਤੋਂ ਜਿਸ ਦਿਨ ਦੀ ਸੋਚ ਚੁੱਕੀ ਹੈ ਸਰਕਾਰ ਨੇ ਬਣਾਈਆਂ ਜਾ ਰਹੀਆਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਨਜਾਇਜ਼ ਕਾਰੋਬਾਰਾਂ ਨੂੰ ਨੱਥ ਪਾਈ ਜਾ ਰਹੀ ਹੈ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਉਮੀਦਾਂ ਤੇ ਸਰਕਾਰ ਖਰਾ ਉਤਰ ਰਹੀ ਹੈ ਪਰ ਜੇਕਰ ਸੱਚਮੁੱਚ ਆਹ ਕੰਮ ਕਰ ਦਿੱਤਾ ਹੋ ਸਕਦਾ ਹੈ ਕਿ ਸੂਬੇ ਦੇ ਵਿੱਚ ਬਿਜਲੀ ਦਾ ਸੰਕਟ ਪੈਦਾ ਹੋਵੇ ਅਤੇ ਲੋਕਾਂ ਤੇ ਸਰਕਾਰ ਦੇ ਵਿਚਕਾਰ ਖੱਪਾ ਪੈਦਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਹੁਣ ਬਿਜਲੀ ਮੰਤਰਾਲੇ ਨੇ ਹਦਾਇਤ ਕੀਤੀ ਹੈ ਕਿ ਪ੍ਰਾਈਵੇਟ ਥਰਮਲਾਂ ਦੇ ਨਾਲ ਜਿਹੜੇ ਸਮਝੌਤੇ ਹੋਏ ਹੋਏ ਨੇ ਬਿਜਲੀ ਵਾਲੇ ਉਹਨਾਂ ਮੁਤਾਬਕ ਬਿਜਲੀ ਸਪਲਾਈ ਉਹਨਾਂ ਨੂੰ ਕਹੋ ਕਿ ਸਾਨੂੰ ਦਿੱਤੀ ਜਾਵੇ ਅਤੇ ਕਿਸੇ ਪ੍ਰਾਈਵੇਟ ਥਰਮਲ ਦੇ ਵੱਲੋਂ ਸਮਝੌਤੇ ਤੇ ਖਰਾਣਾ ਉਤਰਨ ਦੀ ਸੂਰਤ ਦੇ ਵਿੱਚ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇ ਇਹ ਵੀ ਨਾਲ ਸਲਾਹ ਦਿੱਤੀ ਗਈ ਹੈ ਦੱਸਣਾ ਬਣਦਾ ਹੈ ਕਿ ਪੰਜਾਬ ਨੂੰ ਟਾਟਾ ਮੁਦਰਾ ਪਲਾਂਟ ਤੋਂ 475 ਮੈਗਾਵਾਟ ਬਿਜਲੀ ਸਪਲਾਈ ਹੁੰਦੀ ਸੀ ਪਰ ਇਸ ਵਕਤ ਤੋਂ ਬੰਦ ਪਈ ਹੈ ਹੁਣ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਬਿਜਲੀ ਦੀ ਖਫਤ ਹੁਣ ਲਗਾਤਾਰ ਵਧ ਰਹੀ ਹੈ ਗਰਮੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਦੂਸਰੇ ਪਾਸੇ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਉਹਦੇ ਤੋਂ ਪਹਿਲਾਂ ਇਹ ਕਰਾਰਾ ਝਟਕਾ ਇੱਕ ਵਾਰੀ ਫੇਰ ਦਿੱਤਾ ਗਿਆ ਹੈ। ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਭਾਜਪਾ ਦੀਆਂ ਸਰਕਾਰਾਂ ਬਣਾਉਣ ਵਾਲੇ ਸੂਬੇ ਨਹੀਂ ਉਹਨਾਂ ਨੂੰ ਤਾਂ ਭਾਈ ਇਸੇ ਤਰ੍ਹਾਂ ਝਟਕੇ ਮਿਲਣਗੇ। ਹੁਣ ਵੇਖਦੇ ਹਾਂ ਭਗਵੰਤ ਮਾਨ ਸਰਕਾਰ ਦਾ ਇੱਕ ਵਾਰ ਫੇਰ ਤੋਂ ਇਮਤਿਹਾਨ ਹੋਏਗਾ। ਕਿਉਂਕਿ ਬੀਤੇ ਦਿਨੀ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਖਿਆ ਸੀ ਕਿ ਅਸੀਂ ਪ੍ਰਬੰਧ ਕਰ ਰਹੇ ਹਾਂ ਤੇ ਲੋਕਾਂ ਨੂੰ ਬਿਜਲੀ ਦੀ ਖਪਤ ਜਿੰਨੀ ਜ਼ਰੂਰਤ ਹੋਵੇਗੀ ਉਨੀ ਉਹਨਾਂ ਨੂੰ ਬਹਾਲ ਕੀਤੀ ਜਾਏਗੀ ਪਰ ਸੱਚਮੁੱਚ ਇਧਰੋਂ ਕੋਲਾ ਮਿਲਣਾ ਨਹੀਂ ਪੰਜਾਬ ਦੇ ਸਾਰੇ ਥਰਮਲ ਕੋਲੇ ਨਾਲ ਚੱਲਦੇ ਆ ਹੁਣ ਵੇਖਦੇ ਆ ਕਿ ਇਸ ਮੁਸੀਬਤ ਨਾਲ ਸੂਬਾ ਸਰਕਾਰ ਕਿਵੇਂ ਜੱਟਦੀ ਹੈ ਅਗਲੀ ਜਿਹੜੀ ਖਬਰ ਹੈ ਸੱਚਮੁੱਚ ਹੈਰਾਨੀਜਨਕ ਹੈ ਕਿ ਬੇਕਸੂਰਾ ਨੂੰ નિર્ਦੋਸ਼ਾਂ ਨੂੰ ਕਿਵੇਂ ਫਸਾਇਆ ਜਾਂਦਾ ਰਿਹਾ ਤੇ ਹੁਣ ਉਮੀਦ ਕਰਦੇ ਆ ਕਿ ਇਹ ਸਭ ਕੁਝ ਬੰਦ ਹੋ ਜਾਏਗਾ ਅਰ ਬੰਦ ਹੋਣਾ ਚਾਹੀਦਾ ਹੈ ਅਕਾਲੀ ਭਾਜਪਾ ਦੀ ਸਰਕਾਰ ਰਹੀ ਉਸ ਵਕਤ ਕਿੰਨੇ ਬੇਕਸੂਰਾ ਦੇ ਉੱਤੇ ਮੁਕਾਦਮੇ ਕੀਤੇ ਉਹ ਬੇਸ਼ਮਾਰ ਸੀ ਅਸਲ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਹੈ ਜਸਟਿਸ ਮਹਿਤਾਬ ਸਿੰਘ ਗਿਲਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਾਇਆ ਗਿਆ ਸੀ ਕਮਿਸ਼ਨ ਆਫ ਇਨਕੁਆਰੀ ਕਮਿਸ਼ਨ ਆਫ ਇਨਕੁਆਰੀ ਦੀ ਰਿਪੋਰਟ ਜਿਹੜੀ ਮਿਲੀ ਹੈ ਉਦੇ ਅਨੁਸਾਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ 437 નિર્ਦੋਸ਼ਾਂ ਨੂੰ ਝੂਠੇ ਪੁਲਿਸ ਕੇਸਾਂ ਦੇ ਵਿੱਚ ਫਸਾਇਆ ਗਿਆ ਪੁਲਿਸ ਨੇ ਸਿਆਸੀ ਰੰਜਿਸ਼ ਅਤੇ ਹੋਰ ਨਾਕ ਕਾਰਨਾ ਕਰਕੇ ਇਹਨਾਂ નિર્ਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਇਹ 420 ਪੰਨਿਆਂ ਦੀ ਇੱਕ ਰਿਪੋਰਟ ਹੈ ਜਿਹੜੀ ਕਿ 4 ਮਾਰਚ ਨੂੰ ਮੁੱਖ ਮੰਤਰੀ ਨੂੰ ਸੌਂਪੀ ਗਈ ਸੀ ਕਾਂਗਰਸ ਨੇ 2017 ਦੇ ਚੋਣ ਪ੍ਰਚਾਰ ਦੌਰਾਨ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਵੇ ਕਸੂਰਾਂ ਦੇ ਉੱਤੇ ਅਕਾਲੀ ਭਾਜਪਾ ਸਰਕਾਰ ਨੇ ਮੁਕੱਦਮੇ ਦਰਜ ਕੀਤੇ ਆ ਉਹਨਾਂ ਦੀ ਪੜਤਾਲ ਕੀਤੀ ਜਾਊ ਪੜਤਾਲ ਕਰਕੇ ਉਹ ਰੱਦ ਕੀਤੇ ਜਾਣਗੇ ਤਤਕਾਲੀ ਮੁੱਖ ਮੰਤਰੀ ਕਪਨਾ ਅਮਰਿੰਦਰ ਸਿੰਘ ਨੇ ਜਦੋਂ ਸੱਤਾ ਸੰਭਾਲੀ ਸੱਤਾ ਸੰਭਾਲਣ ਤੋਂ ਬਾਅਦ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਦੇ ਵਿੱਚ ਕਮਿਸ਼ਨ ਆਫ ਇਨਕੁਆਰੀ ਦਾ ਗਠਨ ਕਰ ਦਿੱਤਾ ਸੀ ਫਿਰ ਉਹਨਾਂ ਨੇ ਪੀੜਤਾਂ ਤੋਂ ਦਰਖਾਸਤਾਂ ਮੰਗੀਆਂ ਫਿਰ ਉਹਨਾਂ ਦੀ ਪੜਤਾਲ ਵੀ ਕੀਤੀ ਜਸਟਿਸ ਗਿੱਲ ਨੇ ਕਈ ਪੜਾਵਾਂ ਦੇ ਵਿੱਚ ਇਹ ਰਿਪੋਰਟ ਸਰਕਾਰ ਨੂੰ ਦਿੱਤੀ ਕਮਿਸ਼ਨ ਆਫ ਇਨਕੁਆਇਰੀ ਨੂੰ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ 10 ਵਰਿਆਂ ਦੇ ਕਾਰਜਕਾਲ ਦੌਰਾਨ ਉਹਨਾਂ ਦੇ ਰਾਜ ਭਾਗ ਦੇ ਦੌਰਾਨ ਜਿਆਦਤ ਦਾ ਸ਼ਿਕਾਰ ਹੋਣ ਵਾਲਿਆਂ ਨੇ ਜਿਹੜੇ ਕੇਸ ਦੱਸੇ ਜਿਹੜੀਆਂ ਦਰਖਾਸਤਾਂ ਦਿੱਤੀਆਂ ਤਾਂ ਉਹ 4700 ਤੇ ਦੋਸ਼ਿਕੈਤਾਂ ਬਲੀਆਂ ਭਾਵ 4700 ਤੇ ਦੋਸ਼ਿਕੈਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਸਾਰੀਆਂ ਪੜਤਾਲ ਰਿਪੋਰਟ ਦੀ ਪਰਚੋਲ ਤੋਂ ਬਾਅਦ ਸਪਸ਼ਟ ਕਰਦੀਆਂ ਨੇ ਕਿ ਗੱਠਜੋੜ ਸਰਕਾਰ ਦੇ ਵਕਤ ਬਹੁਤ ਸਾਰੇ ਕੇਸ ਜਿਹੜੇ ਦਰਜ ਹੋਏ ਉਹਨਾਂ 'ਚ ਧੋਖਾਧੜੀ ਦੇ ਕੀਤੇ ਗਏ ਜਾਲਸਾਜੀ ਦੇ ਕੀਤੇ ਗਏ ਜ਼ਬਰਦਨਾ ਵਰਗੀਆਂ ਅਪਰਾਧਿਕ ਧਰਾਵਾਂ ਦੇ ਵੀ ਦਰਜ ਕੀਤੇ ਗਏ ਇਨ੍ਹਾਂ ਕੇਸਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕਾਂਗਰਸੀ ਆਗੂਆਂ ਨੂੰ ਵੀ ਅਤੇ ਆਪ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਕੁਝ ਕੇਸ ਐਨਡੀਪੀਐਸ ਦੀਆਂ ਧਰਾਵਾਂ ਦੇ ਤਹਿਤ ਵੀ ਦਰਜ ਕੀਤੇ ਗਏ ਕਮਿਸ਼ਨ ਨੇ ਸਾਰੀਆਂ ਸਿਆਸੀ ਧਿਰਾਂ ਦੇ ਪੀੜਤਾਂ ਨੂੰ ਰਾਹਤ ਦਿੱਤੀ। ਕਮਿਸ਼ਨ ਨੂੰ ਜਿਹੜੀਆਂ ਪ੍ਰਾਪਤ 4702 ਸ਼ਿਕਾਇਤਾਂ ਹੋਈਆਂ ਸੀ। ਉਹਨਾਂ ਦੇ ਵਿੱਚੋਂ 1179 ਸ਼ਿਕਾਇਤਾਂ ਦੇ ਵਿੱਚ ਕੋਈ ਮੈਟ ਮਿਲੀ ਨਹੀਂ ਜਿਸ ਕਰਕੇ ਉਹ ਉਹ ਰੱਦ ਕਰ ਦਿੱਤੇ ਗਏ। ਉਹ ਕੇਸ ਮੰਨੇ ਨਹੀਂ ਗਏ। ਇਸੇ ਤਰ੍ਹਾਂ 224 ਸ਼ਿਕਾਇਤਾਂ ਦਾ ਸਬੰਧ ਅਧਿਕਾਰ ਖੇਤਰ ਤੋਂ ਬਾਹਰਲਾ ਦੱਸਿਆ ਗਿਆ ਜਿਸ ਕਰਕੇ ਉਹਨਾਂ ਨੂੰ ਗ੍ਰਹਿ ਵਿਭਾਗ ਨੂੰ ਵਾਪਸ ਭੇਜ ਦਿੱਤਾ ਗਿਆ। ਰਿਪੋਰਟ ਦੇ ਅਨੁਸਾਰ ਕਮਿਸ਼ਨ ਨੂੰ ਨੋਡਲ ਅਫਸਰਾਂ ਤੋਂ ਵੀ ਕੁਝ ਜਾਣਕਾਰੀ ਮਿਲੀ ਜਿਹੜੀ ਨੋਡਲ ਅਫਸਰਾਂ ਤੋਂ ਫੀਡਬੈਕ ਮਿਲੀ ਉਹਦੇ ਆਧਾਰ ਤੇ 437 ਕੇਸਾਂ ਦੇ ਵਿੱਚੋਂ 360 ਮਾਮਲਿਆਂ ਵਿੱਚ ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕੀਤਾ ਗਿਆ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਇਸੇ ਤਰ੍ਹਾਂ ਹੀਟਲੀਆਂ ਅਦਾਲਤਾਂ ਵਿੱਚ 236 ਮਾਮਲਿਆਂ ਵਿੱਚ ਪੁਲਿਸ ਕੇਸ ਰੱਦ ਕਰਨ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ 35 ਕੇਸਾਂ ਦੇ ਵਿੱਚ ਆਈਪੀਸੀ ਧਾਰਾ 182 ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਰਿਪੋਰਟ ਦੇ ਅਨੁਸਾਰ 33 ਮਾਮਲਿਆਂ ਵਿੱਚ ਮੁਆਵਜ਼ਾ ਵੀ ਦਿੱਤਾ ਗਿਆ ਕਮਿਸ਼ਨਰ ਵੱਲੋਂ ਸੁਣਵਾਈ ਲੰਬਤ ਹੋਣ ਕਰਕੇ 1132 ਸ਼ਿਕਾਇਤਾਂ ਦੀ ਸੁਣਵਾਈ ਨਹੀਂ ਸੀ ਕੀਤੀ ਗਈ ਜਦੋਂ ਕਿ ਹੋਰ 526 ਸ਼ਿਕਾਇਤਾਂ ਸ਼ੱਕ ਜਾਂ ਲਾਭ ਦੇ ਆਧਾਰ ਤੇ ਦਾ ਸਮਝੌਤਾ ਹੋਣ ਦੇ ਕਰਕੇ ਮੁਕਾਦਮੇ ਵਿੱਚੋਂ ਬਰੀ ਹੋਣ ਕਰਕੇ ਖਾਰਜ ਵੀ ਕੀਤੀਆਂ ਗਈਆਂ ਕਮਿਸ਼ਨ ਦੇ ਕੋਲ ਕੁਝ ਅਜਹੀਆਂ ਸ਼ਿਕਾਇਤਾਂ ਵੀ ਪੁੱਜੀਆਂ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਫੈਸਲਾ ਹੋ ਚੁੱਕਿਆ ਸੀ ਜਾਂ ਅਦਾਲਤਾਂ ਦੇ ਵੱਲੋਂ ਦੋਸ਼ੀ ਠਹਿਰਾਇਆ ਜਾਣ ਕਰਕੇ ਕਮਿਸ਼ਨ ਨੇ 727 ਸ਼ਿਕਾਇਤਾਂ ਰੱਦ ਵੀ ਕੀਤੀਆਂ ਕਮਿਸ਼ਨ ਨੇ ਉਹ 93 ਸ਼ਿਕਾਇਤਾਂ ਵੀ ਖਾਰਜ ਕਰ ਦਿੱਤੀਆਂ ਜਿਨ੍ਹਾਂ ਵਿੱਚ ਅਦਾਲਤ ਵੱਲੋਂ ਐਫ ਆਈ ਆਰ ਜ ਰੱਦ ਕੀਤੀਆਂ ਗਈਆਂ ਸੀ ਇਸੇ ਤਰ੍ਹਾਂ 90 ਸ਼ਿਕਾਇਤਾਂ ਨੂੰ ਸ਼ਿਕਾਇਤਕਰਤਾ ਨੇ ਆਪ ਵਾਪਸ ਲੈ ਲਿਆ ਜਿਸ ਕਰਕੇ ਕਮਿਸ਼ਨ ਨੇ ਉਹ ਵੀ ਰੱਦ ਕਰ ਦਿੱਤੀਆਂ ਜਦੋਂ ਕਿ 294 ਮਾਮਲਿਆਂ ਵਿੱਚ ਸ਼ਿਕਾਇਤਕਰਤਾ ਪੇਸ਼ ਹੀ ਨਾ ਹੋਏ ਜਿਸ ਕਰਕੇ ਉਹ ਮਾਮਲੇ ਵੀ ਰੱਦ ਕਰ ਦਿੱਤੇ ਗਏ ਕਮਿਸ਼ਨ ਦੇ ਵੱਲੋਂ 17 ਮਾਮਲਿਆਂ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ। ਇਹ ਉਹ ਅਧਿਕਾਰੀ ਸੀ ਜਿਨ੍ਹਾਂ ਨੇ ਆਪਣੀ ਤਾਕਤ ਦੀ ਵਰਤੋਂ ਦਾ ਗਲਤ ਇਸਤੇਮਾਲ ਕੀਤਾ। ਇਹਨਾਂ ਕਸੂਰਵਾਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਵਿੱਚ ਸਭ ਤੋਂ ਵੱਧ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ ਸੀ ਅਤੇ ਉਹਨਾਂ ਦੀ ਗਿਣਤੀ 9 ਸੀ। ਕਮਿਸ਼ਨ ਨੇ ਸਿਰਫ ਉਹਨਾਂ ਪੁਲਿਸ ਕੇਸਾਂ ਦੀ ਹੀ ਪੜਤਾਲ ਕੀਤੀ ਜਿਨ੍ਹਾਂ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਜਾਣਬੁੱਝ ਕੇ بے قصوراں ਨੂੰ ਜਾਂ પીڑتاں ਨੂੰ نشانہ بنایا گیا سی ایدی ساری رپورٹ دی جانچ پڑتال ਤੋਂ ਬਾਅਦ ਇਹ ਗੱਲ ਬਿਲਕੁਲ ਸਾਫ਼ ਹੁੰਦੀ ਹੈ ਕਿ ਹਕੂਮਤਾਂ ਸਿਆਸੀ ਰੰਜਿਸ਼ ਦੇ ਕਾਰਨ ਜਾਂ બદਲਾ ਲਊ ਜਾਂ બદਲਾਖੋਰੀ ਦੇ ਅਧੀਨ ਵੀ ਜਾਣਬੁੱਝ ਕੇ નિર્દોਸ਼ ਲੋਕਾਂ ਨੂੰ ਫਸਾਉਂਦੀਆਂ ਨੇ ਉਹਨਾਂ ਤੇ ਪਰਚੇ ਉਹਨਾਂ ਤੇ ਮੁਕੱਦਮੇ ਦਰਜ ਕਰਵਾਉਂਦੀਆਂ ਨੇ ਪਰ ਹੁਣ ਪੰਜਾਬ ਦੇ ਲੋਕ ਉਮੀਦ ਕਰਦੇ ਐ ਕਿ ਇਸ ਵਰਤਾਰੇ ਨੂੰ ਠੱਲ ਪਵੇ ਉਹਦਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਦਿਨ ਸੁਨੇਹਾ ਦਿੱਤਾ ਸੀ ਕਿ ਕਿਸੇ ਦੇ ਉੱਤੇ ਸਿਆਸੀ ਰੰਜਿਸ਼ ਨੂੰ ਆਧਾਰ ਬਣਾ ਕੇ ਪਰਚਾ ਨਹੀਂ ਹੋਊਗਾ ਕੋਈ ਲਾਲ ਕਾਲੀ ਪੀਲੀ ਨੀਲੀ ਡੈਰੀ ਸਾਡੇ ਕੋਲ ਕੋਈ ਨਹੀਂ ਉਹਨਾਂ ਨੇ ਇੱਥੋਂ ਤੱਕ ਆਖਿਆ ਸੀ ਭਾਵੇਂ ਸਾਨੂੰ ਕਿਸ ਨੇ ਵੋਟ ਪਾਈ ਨਾ ਪਾਈ ਸਾਰਿਆਂ ਵਾਸਤੇ ਕਾਨੂੰਨ ਕੰਮ ਕਰੂਗਾ ਸਾਰੇ ਹਲਕਿਆਂ ਦਾ ਵਿਕਾਸ ਵੀ ਇੱਕ ਸਮਾਨ ਹੋਵੇਗਾ ਪਰ ਹਾਲੇ ਹਫ਼ਤੇ ਤਕਰੀਬਨ 2 ਕੁ ਹੋਏ ਨੇ ਅੱਗੇ ਚੱਲ ਕੇ ਦੇਖਦੇ ਹਾਂ ਕਿ ਕੀ ਸੱਚਮੁੱਚ ਇੰਜ ਹੁੰਦਾ ਹੈ ਜਾਂ ਨਹੀਂ ਪਰ ਸੱਚਮੁੱਚ ਆ ਕਮਿਸ਼ਨ ਆਫ ਇਨਕੁਆਇਰੀ ਦੀ ਰਿਪੋਰਟ ਜਿਹੜੇ ਲੋਕ ਸ਼ੰਕੇ ਕਰਦੇ ਸੀ ਕਿ ਸਿਆਸੀ ਰੰਜਿਸ਼ ਤੇ ਕਾਰ ਲੋਕਾਂ ਨੂੰ નિર્ਦੋਸ਼ਾਂ ਸ਼ਿਕਾਰ ਬਣਾਇਆ ਜਾਂਦਾ ਉਹ ਤੱਥ ਬੋਲਦੇ ਨੇ ਕਿ ਬਿਲਕੁਲ ਇੰਜ ਹੁੰਦਾ ਰਿਹਾ ਹੈ ਅਗਲੀ ਜਿਹੜੀ ਖਬਰ ਹੈ ਉਹ ਤੁਸੀਂ ਵੇਖਿਓ ਕਿ ਲੋਕ ਅੱਜ ਤੱਕ ਨਜਾਇਜ਼ ਤਾਕਤ ਦੀ ਵਰਤੋਂ ਕਿਵੇਂ ਕਰਦੇ ਰਹੇ ਜਦ ਆਪਣੇ ਸਬੰਧਾਂ ਨੂੰ ਕਿਵੇਂ ਗਲਤ ਤਰੀਕੇ ਨਾਲ ਇਸਤੇਮਾਲ ਕਰਦੇ ਰਿਹਾ ਜਿਸ ਤਰ੍ਹਾਂ ਪਹਿਲੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੀਤੇ ਦਿਨੀ ਥਾਣਾ ਫੂਲ ਦੇ ਐਸਐਚਓ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਿੰਨੀ ਬੰਸਲ ਉਹਨਾਂ ਦੇ ਵਿਚਕਾਰ ਤਕਰਾਰ ਉਹਨਾਂ ਦੇ ਵਿਚਕਾਰ ਹੱਥੋਪਾਈ ਹੋ ਗਈ ਸੀ ਪਰ ਹੁਣ ਇੱਕ ਚਸ਼ਮਦੀਦ ਸਾਹਮਣੇ ਆ ਗਿਆ ਇੱਕ ਗਵਾਹ ਸਾਹਮਣੇ ਆ ਗਿਆ ਉਸ ਗਵਾਹ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੁਣੀ ਮੋੜ ਆ ਗਿਆ ਦੱਸਣਾ ਬਣਦਾ ਕਿ ਨਿੰਨੀ ਬਾਂਸਲ ਦੇ ਸ਼ੈਲਰ ਦੇ ਵਿੱਚ ਇੱਕ ਕੰਮ ਕਰਦੇ ਚੌਕੀਦਾਰ ਨੇ ਨਿੰਨੀ ਬਾਂਸਲ ਅਤੇ ਉਹਦੇ ਹੋਰ ਸਾਥੀਆਂ ਦੇ ਖਿਲਾਫ ਉਹਦੇ ਨਾਲ ਕੁੱਟਮਾਰ ਕਰਨ ਸੰਬੰਧੀ ਇੱਕ ਦਰਖਾਸਤ ਦਿੱਤੀ ਸੀ ਥਾਣਾ ਫੂਲ ਦੇ ਵਿੱਚ ਜਿੱਥੇ ਪੁੱਛਗਛ ਵਾਸਤੇ ਉਸ ਰਿਪੋਰਟ ਦੇ ਨਾਲ ਸੰਬੰਧਤ ਨਿੰਨੀ ਨੂੰ ਥਾਣੇ ਬੁਲਾ ਲਿਆ ਜਦੋਂ ਸਾਬਕਾ ਪ੍ਰਧਾਨ ਨਿੰਨੀ ਜੀ ਥਾਣੇ ਗਏ ਤਾਂ ਥਾਣਾ ਮੁਖੀ ਮਨਪ੍ਰੀਤ ਸਿੰਘ ਤੇ ਉਹਨਾਂ ਦੀ ਆਪਸੀ ਤਕਰਾਰ ਹੋ ਗਈ ਜਿਦੇ ਤੋਂ ਬਾਅਦ ਪੁਲਿਸ ਵੱਲੋਂ ਨਿੰਨੀ ਦੇ ਖਿਲਾਫ ਥਾਣੇ ਵਿੱਚ ਆ ਕੇ ਗੁੰਡਾਗਰਦੀ ਕਰਨ ਅਤੇ ਪੁਲਿਸ ਅਫਸਰ ਦੀ ਵਰਦੀ ਪਾੜਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉੱਥੇ ਨਿੰਨੀ ਬਾਂਸਲ ਦੇ ਵੱਲੋਂ ਪੁਲਿਸ ਤੇ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਨੇ ਥਾਣੇ ਵਿੱਚ ਬੁਲਾ ਕੇ ਉਹਨਾਂ ਨਾਲ ਧੱਕਾ ਕੀਤਾ ਹੈ। ਹੁਣ ਇਸ ਮਾਮਲੇ ਦੇ ਵਿੱਚ ਪਤਾ ਕਿਵੇਂ ਲੱਗੇ ਕਿ ਪੁਲਿਸ ਨੇ ਧੱਕਾ ਕੀਤਾ ਜਾਂ ਨਿੰਨੀ ਬਾਂਸਲ ਨੇ ਜਿਆਦਤੀ ਕੀਤੀ ਹੈ। ਅੱਜ ਤੱਕ ਪੁਲਿਸ ਵੀ ਧੱਕੇ ਕਰਦੀ ਰਹੀ ਹੈ ਤੇ ਅਸਰ ਰਸੂਖ ਵਾਲੇ ਲੋਕ ਵੀ ਕਰਦੇ ਰਹੇ ਐ। ਪਰ ਹੁਣ ਇਸ ਮੌਕੇ ਤੇ ਇੱਕ ਗਵਾਹ ਨੇ ਆ ਕੇ ਸਾਰੀ ਸਥਿਤੀ ਸਾਫ਼ ਕਰ ਦਿੱਤੀ ਹੈ ਉਸ ਮੌਕੇ ਤੇ ਇੱਕ ਕਿਸਾਨ ਆਗੂ ਸੁਖਦੇਵ ਸਿੰਘ ਢਪਾਲੀ ਉਹ ਮੌਜੂਦ ਸੀ ਸੁਖਦੇਵ ਸਿੰਘ ਢਪਾਲੀ ਨੇ ਦੱਸਿਆ ਕਿ ਆਪਣੀ ਯੂਨੀਅਨ ਦੇ ਇੱਕ ਕੰਮ ਸਬੰਧੀ ਉਸ ਵਕਤ ਥਾਣੇ ਵਿੱਚ ਗਏ ਹੋਏ ਸੀ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਨੂੰ ਉਹ ਵੀ ਥਾਣੇ ਦੇ ਅੰਦਰ ਕਿਸੇ ਪੁਲਿਸ ਅਫਸਰ ਤੇ ਗੁੰਡਾਗਰਦੀ ਕਰਦੇ ਅੱਖੀਂ ਤੱਕਿਆ ਹੋਵੇ ਉਹਨਾਂ ਨੇ ਦੱਸਿਆ ਕਿ ਨਿੰਨੀ ਵਾਂਸਲ ਨੇ ਐਸਐਸਓ ਦੇ ਪਹਿਲਾਂ ਤਾਂ ਗਲ ਵਿੱਚ ਹੱਥ ਪਾਇਆ ਤੇ ਫਿਰ ਉਹਦੀ ਵਰਦੀ ਪਾੜ ਦਿੱਤੀ। ਅਤੇ ਨਾਲ ਇਹ ਵੀ ਆਖਿਆ ਕਿ ਤੈਨੂੰ ਮੈਂ ਵੇਖ ਲਾਂ ਉਹ ਧਮਕੀਆਂ ਵੀ ਦਿੱਤੀਆਂ। ਨਿੰਨੀ ਵਾਂਸਲ ਨੇ ਕਹਿੰਦੇ ਜਿੱਥੇ ਆਪਣੀ ਰਾਜਨੀਤਿਕ ਪਹੁੰਚ ਦੇ ਡਰਾਵੇ ਦਿੱਤੇ ਉੱਥੇ ਉੱਚ ਅਧਿਕਾਰੀਆਂ ਨਾਲ ਜਾਣ ਪਛਾਣ ਦਾ ਨਾਮ ਉਹਨਾਂ ਦਾ ਰੋਬ ਉਹ ਸਭ ਕੁਝ ਝਾੜਿਆ ਉਸ ਵਕਤ ਪੁਲਿਸ ਅਫਸਰ ਦੇ ਉੱਤੇ ਥਾਣੇਦਾਰ ਦੇ ਉੱਤੇ। ਕਿਸਾਨਾ ਗੁੱਟ ਭਾਲੀ ਨੇ ਦੱਸਿਆ ਕਿ ਪੁਲਿਸ ਨਾਲ ਉਹਦੀ ਕੋਈ ਹਮਦਰਦੀ ਨਹੀਂ। ਪਰ ਨਾਲ ਕਹਿੰਦੇ ਜੇਕਰ ਥਾਣੇ ਦੇ ਵਿੱਚ ਹੀ ਪੁਲਿਸ ਵਾਲੇ ਸੁਰੱਖਿਤ ਨਹੀਂ ਤਾਂ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੌਣ ਕਰੂ ਬਹੁਤ ਵੱਡਾ ਸਵਾਲ ਹੈ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਸਖਤ ਵਾ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਗ੍ਰਹਿ ਮੰਤਰਾਲਾ ਭਗਵੰਤ ਮਾਨ ਜੀ ਕੋਲ ਹੈ ਹੁਣ ਜਦੋਂ ਇਸ ਬੰਦੀ ਡੀਐਸਪੀ ਫੂਲ ਸਤਨਾਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨਿੰਨੀ ਬਾਂਸਲ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਹੁਣ ਤੁਸੀਂ ਵੇਖੋ ਕਿ ਇਹਦੇ ਵਿੱਚ ਤਾਂ ਇੱਕ ਗਵਾਹ ਸਾਹਮਣੇ ਆ ਗਿਆ ਪਰ ਸੱਚਮੁੱਚ ਅਸਰ ਰਸੂਖ ਵਾਲੇ ਲੋਕ ਤੁਸੀਂ ਦੇਖੋ ਕਿ ਕਿੱਥੇ ਤੱਕ ਚਲੇ ਗਏ ਆ ਆਮ ਲੋਕ ਵਰਦੀ ਤੋਂ ਡਰਦੇ ਆ ਪਰ ਇਸ ਵਰਦੀ ਦਾ ਡਰ ਖਤਮ ਕਿਉਂ ਹੋਇਆ ਉਹ ਜਿਹੜੀ ਮੈਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦੀ ਰਾਖੀ ਕਰਨੀ ਸੀ નિર્ਦੋਸ਼ ਲੋਕਾਂ ਨੂੰ ਗਲਤ ਵਕਾਦਮਿਆਂ ਵਿੱਚ ਫਸਾਉਣ ਤੋਂ ਬਚਾਉਣਾ ਸੀ ਨਾ ਕਿ ਫਸਾਉਣਾ ਸੀ ਆਵੀ ਖਬਰ ਤਕਰੀਬਨ ਉਸੇ ਤਰ੍ਹਾਂ ਦੀ ਹੈ ਕਿ ਆਸਰ ਰਸੂਖ ਵਾਲੇ ਲੋਕ ਕਾਨੂੰਨ ਨੂੰ ਅਫਸਰਾਂ ਨੂੰ ਟਿੱਚ ਨਹੀਂ ਗਣਦੇ ਪਰ ਹੁਣ ਖਬਰਾਂ ਪੰਜਾਬ ਦੇ ਵਿੱਚੋਂ ਬਦਲਾਅ ਦੀਆਂ ਆ ਰਹੀਆਂ ਨੇ ਕੱਲ ਐਤਵਾਰ ਦਾ ਦਿਨ ਸੀ ਬਾਗਾ ਪੁਰਾਣਾ ਦੇ ਵਿਧਾਇਕ ਅਮਰਿਤਪਾਲ ਸਿੰਘ ਸੁਖਾਨੰਦ ਦੇ ਵੱਲੋਂ ਸ਼ਾਮ ਦੇ ਵਕਤ ਸੇਵਾ ਕੇਂਦਰ ਬਾਗਾ ਪੁਰਾਣਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਹਲਕੇ ਦੇ ਅੰਦਰ ਉਹਨਾਂ ਨੂੰ ਪਤਾ ਲੱਗਾ ਕਿ ਨਸ਼ੇ ਵਿਕ ਰਹੇ ਨੇ ਜਿਹੜੇ ਤਸਕਰ ਨੇ ਉਹ ਖੁੱਲੇ ਆਮ ਨਸ਼ਾ ਵੇਚਦੇ ਸੀ ਇਹ ਪਿਛਲੀਆਂ ਸਰਕਾਰਾਂ ਦੇ ਵਕਤ ਆ ਲੋਕ ਅਕਸਰ ਇਲਜ਼ਾਮ ਲਗਾਉਂਦੇ ਸੀ ਉਹਨਾਂ ਨੇ ਸਮਗਲਰਾਂ ਨੂੰ ਤਸਕਰਾਂ ਨੂੰ ਚੇਤਾਵਨੀ ਦਿੱਤੀ ਅਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਨਸ਼ਾ ਵੇਚਣ ਵਾਲਿਆਂ ਨੂੰ ਤਸਕਰਾਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਭਾਈ ਨਸ਼ੇ ਦੇ ਕਾਰੋਬਾਰ ਤੁਸੀਂ ਬਥੇਰੇ ਕਰ ਲੇ ਹੁਣ ਬੰਦ ਕਰ ਦਿਓ ਜੇ ਨਹੀਂ ਬੰਦ ਕਰੋਗੇ ਤਾਂ ਹੁਣ ਬਖਸ਼ੇ ਨਹੀਂ ਜਾਣੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਜ਼ਿਲ੍ਹੇ ਮੋਗੇ ਦੇ ਵਿੱਚ ਕਿਸੇ ਵੀ ਐਮਐਲਏ ਵੱਲੋਂ ਨਸ਼ਾ ਤਸਕਰਾਂ ਦੀ ਮਦਦ ਦੇ ਵਾਸਤੇ ਤੁਹਾਨੂੰ ਫੋਨ ਨੀ ਆਉ। ਉਹ ਆਪਣੀ ਸਖਤ ਕਾਰਵਾਈ ਨਸ਼ਾ ਤਸਕਰਾਂ ਦੇ ਖਿਲਾਫ ਕਰਨ। ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਜੇਕਰ ਪੁਲਿਸ ਨੇ ਸਮੱਗਲਰਾਂ ਦਾ ਪੱਖ ਪੂਰਿਆ ਤਾਂ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਊ ਭਾਵੇਂ ਉਹ ਪੁਲਿਸ ਵਾਲੇ ਕਿਉਂ ਨਾ ਹੋਣ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੇ ਵੀ ਉਹਨਾਂ ਨੂੰ ਸਵਾਲ ਪੁੱਛੇ। ਸਵਾਲ ਕੀਤਾ ਗਿਆ ਕਿ ਹਲਕਾ ਬਾਗਾਪੁਰਾ ਦੇ ਕੁਝ ਪਿੰਡ ਨੇ ਉਹਨਾਂ ਦੇ ਵਿੱਚ ਇੱਕ ਦੌਲੇਵਾਲ ਵੀ ਦੱਸਿਆ ਗਿਆ ਕਿ ਨਸ਼ਿਆਂ ਦਾ ਗੜ ਬਣਿਆ ਹੋਇਆ ਦੂਸਰਾ ਦੌਲੇਵਾਲ ਕਿ ਇਹ ਦੱਸੋ ਕਿ ਇਹ ਭਾਈ ਕੀ ਕਰੋਗੇ ਤਾਂ ਵਿਧਾਇਕ ਕਹਿੰਦੇ ਕਿ ਬਿਲਕੁਲ ਉਹਨਾਂ ਦੇ ਧਿਆਨ 'ਚ ਇਹ ਹੈ ਇਸੇ ਕਰਕੇ ਅੱਜ ਪਹਿਲਾਂ ਉਹਨਾਂ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆਜੋ ਨਹੀਂ ਤਾਂ ਜਲਦੀ ਤੋਂ ਜਲਦੀ ਅਸੀਂ ਕਾਰਵਾਈ ਪਾਵਾਂਗੇ ਨਕੀਲ ਕਸਾਂਗੇ ਉਸ ਮੌਕੇ ਤੇ ਡੀਐਸਪੀ ਬਾਗਾਪੁਰਾਣਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਬਾਗਾਪੁਰਾਣਾ ਦੇ ਨਵਨਯੁਕਤ ਐਸਐਚਓ ਜਤਿੰਦਰ ਸਿੰਘ ਉਹ ਵੀ ਮੌਕੇ ਤੇ ਹਾਜ਼ਰ ਸੀ ਉਹਨਾਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਕਿ ਬਿਲਕੁਲ ਸਾਨੂੰ ਸਰਕਾਰ ਦੇ ਵੱਲੋਂ ਹਦਾਇਤਾਂ ਸਖਤ ਨੇ ਉਹ ਕਹਿੰਦੇ ਅਸੀਂ ਕਿਸੇ ਵੀ ਵਿਅਕਤੀ ਨੂੰ ਜਿਹੜਾ ਨਸ਼ੇ ਦੇ ਧੰਦੇ ਵਿੱਚ ਇਸ ਵਕਤ ਜੁਟਿਆ ਹੋਇਆ ਲੱਗਿਆ ਹੋਇਆ ਵੇਚ ਰਿਹਾ ਛੱਡਣਾ ਕੋਈ ਨਹੀਂ ਇਹ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਨੇ ਵੀ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਤਸਕਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਨਸ਼ਾ ਵੇਚਣ ਦੀਆਂ ਆਪਣੀਆਂ ਕਾਰਵਾਈਆਂ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਵਾਸਤੇ ਕਾਲ ਕੋਟੀ ਤੁਹਾਡੀ ਉਡੀਕ ਕਰ ਰਹੀ ਹੈ ਵੇਖਦੇ ਹਾਂ ਕੱਲ ਉਹ ਜਲੰਧਰ ਵਾਲੇ ਪਾਸਿਓਂ ਖਬਰ ਆਈ ਸੀ ਕਿ ਰਮਨ ਅਰੋੜਾ ਨੇ ਆਪ ਇਤਲਾਹ ਕਰਕੇ ਪੁਲਿਸ ਦੇ ਨਾਲ ਇੱਕ ਜੁਆਇੰਟ ਛਾਪੇਮਾਰੀ ਕਰਵਾ ਕੇ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਪੰਜਾਬ ਵਾਲੇ ਪਾਸਿਓਂ ਸੱਚਮੁੱਚ ਕਿਤੇ ਖੱਡਾਂ ਜਿਹੜੀਆਂ ਲਜਾਇਤ ਚੱਲ ਰਹੀਆਂ ਨੇ ਉਹਨਾਂ ਤੇ ਛਾਪਿਆਂ ਦੀ ਗੱਲ ਹੈ ਉਹਨਾਂ ਨੂੰ ਬੰਦ ਕਰਨ ਦੀ ਗੱਲ ਹੈ ਕਿਤੇ ਤਸਕਰਾਂ ਨੂੰ ਚੇਤਾਵਨੀਆਂ ਨੇ ਕਾਸ਼ ਚੰਗੇ ਦਿਨ ਪਰਤ ਆਉਣ ਲੋਕ ਸੁੱਖ ਦਾ ਸਾਹ ਲੈਣ ਸੋ ਦੋਸਤੋ ਇਹ ਸੀ ਕੁਲਮਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਉ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ